ਇੱਥੇ ਰਹਿਣ ਦੇ ਲਾਈਟ ਦੇਸੀ ਕੱਟਾ ਫੜੋ ਸੁਖਵਿੰਦਰ ਫੜੋ ਤੁਸੀਂ ਬੱਤੀ ਬੋਰ ਲਵਾ ਲਵਾ ਤੁਹਾਨੂੰ ਬਰੀਫਲੀ ਇਹ ਦੱਸਣ ਲਈ ਕਿ ਰੀਸੈਂਟਲੀ ਦੋ ਇੰਸੀਡੈਂਟ ਹੋਏ ਸੀ, ਇੱਕ ਸਾਡੇ ਏਰੀਆ 'ਚ ਹੋਇਆ ਸੀ ਜਿਹਦੇ 'ਚ ਇੱਕ ਠੇਕੇ ਦੇ ਉੱਤੇ ਗੋਲੀ ਚਲਾ ਕੇ ਅਤੇ ਕੈਸ਼ ਕਾਊਂਟਰ ਤੋਂ ਕੈਸ਼ ਲੈ ਗਏ ਸੀਗੇ, ਕੁਛ ਲੜਕੇ ਆਏ ਸੀ ਗੋਲੀ ਵੀ ਚਲਾਈ ਸੀਗੀ। ਸਾਈਮਲਟੇਨੀਅਸਲੀ ਉਸ ਤੋਂ ਬਾਅਦ ਕੁਛ ਦਿਨਾਂ ਬਾਅਦ ਹੀ ਇੱਕ ਇੰਸੀਡੈਂਟ ਹੋਇਆ ਜਿਹਦੇ 'ਚ ਕਪੂਰਥਲੇ ਤੋਂ ਇੱਕ ਗੁਰਭੇਜ ਸਿੰਘ ਏਲੀਆਸ ਭੇਜਿਆ ਹੈਗਾ, ਇਹਨੂੰ ਕੁਛ ਚਾਰ ਪੰਜ ਲੜਕੇ ਗਏ ਉੱਥੇ, ਉਹਨਾਂ ਨੇ ਹੋਸਪਿਟਲਾਈਜ਼ ਸੀਗਾ, ਉਹ ਜੇਲ੍ਹ ਤੋਂ ਹੋਸਪਿਟਲ ਆਇਆ ਸੀ, ਉੱਥੋਂ ਉਹਨੂੰ ਛਡਾ ਕੇ ਅਤੇ ਭੱਜ ਕੇ ਭਜਾ ਕੇ ਲੈ ਗਏ ਸੀ। ਦੋ ਬੰਦੇ ਕਪੂਰਥਲਾ ਪੁਲਿਸ ਨੇ ਅੱਛਾ ਕੰਮ ਕਰਦੇ ਹੋਏ ਉੱਥੇ ਕਾਬੂ ਕਰ ਲਏ ਸੀਗੇ ਅਤੇ ਫਰਦਰ ਜਦੋਂ ਇਨਵੈਸਟੀਗੇਸ਼ਨ ਚੱਲੀ ਅਤੇ ਦੋ ਉਹਨਾਂ ਵਿੱਚੋਂ ਪੁਲਿਸ ਅੰਮ੍ਰਿਤਸਰ ਪੁਲਿਸ ਨੇ CIA ਵਾਲਿਆਂ ਨੇ ਇਹਨਾਂ ਨੂੰ ਅਰੈਸਟ ਕੀਤਾ ਹੈਗਾ। ਸੋ ਇਹ ਦੋ ਇੰਪੋਰਟੈਂਟ ਕੇਸਿਸ ਅਤੇ ਨਾਲ ਇਹਨਾਂ ਦੇ ਕੋਲ ਵੈਪਨਸ ਜਿਹੜੇ ਯੂਜ਼ ਕਰ ਰਹੇ ਸੀਗੇ, ਜਿਹੜਾ ਇਹਨਾਂ ਦੇ ਕੋਲ ਐਮੂਨੀਸ਼ਨ ਹੈਗਾ, ਉਹ ਸਾਰਾ ਕੁਛ ਰਿਕਵਰੀਜ਼ ਕੀਤੀ ਗਈਆਂ ਨੇ ਅਤੇ ਫੋਲੋਅਪ ਇਨਵੈਸਟੀਗੇਸ਼ਨ ਚੱਲ ਰਹੀ ਹੈ। ਸਾਨੂੰ ਉਮੀਦ ਹੈ ਕਿ ਇਸ ਗਰੁੱਪ ਤੋਂ ਹੋਰ ਵੀ ਕੁਝ ਕੇਸਿਸ ਜਿਹੜੇ ਹੈਗੇ ਸਾਡੇ ਕੋਈ ਅਨਡਿਟੈਕਟਿਡ ਕੇਸਿਸ ਹੈ ਜਾਂ ਪੁਰਾਣੇ ਹੈ ਜਾਂ ਇਹ ਜਿਹੜੀ ਕੋਈ ਪਲੈਨਿੰਗ ਕਰ ਰਹੇ ਸੀਗੇ ਉਹ ਸਾਰੇ ਕਲੀਅਰ ਹੋ ਜਾਏਗਾ। ਇਹਦੇ 'ਚ ਜਿਹੜੀ ਟੀਮ DCP ਇਨਵੈਸਟੀਗੇਸ਼ਨ ਦੀ ਹੈਗੀ ਹੈ, ਇਹਨਾਂ ਨੇ ਇਹਦੇ 'ਚ ਕਾਫੀ ਅੱਛਾ ਕੰਮ ਕੀਤਾ ਹੈਗਾ। ਸੋ ਆਲਰੇਡੀ ਸ਼ਮਸ਼ੇਰ ਸਿੰਘ ਏਲੀਆ ਸ਼ੈਰੀ, ਆਕਾਸ਼ਦੀਪ ਉਰਫ ਕਾਂਸ਼ੀ ਅਤੇ ਕਮਲਦੀਪ ਉਰਫ ਜੱਜ, ਇਹ ਤਿੰਨ ਅਸੀਂ ਅਰੈਸਟ ਕਰ ਲਏ ਹਾਂ। ਇਹਨਾਂ ਦੇ ਇੱਕ ਦੋ ਐਸੋਸੀਏਟਸ ਹੋਰ ਹੈਗੇ ਹੈ, ਉਹਨਾਂ ਦਾ ਅਸੀਂ ਫੋਲੋਅਪ ਕਰ ਰਹੇ ਹੈਗੇ ਹਾਂ ਅਤੇ ਜਿਹੜੇ ਕਪੂਰਥਲੇ ਵਾਲਿਆਂ ਨੇ ਫੜੇ ਹੈ ਉਹਨਾਂ ਨੂੰ ਵੀ ਅਸੀਂ ਲਿਆ ਕੇ ਪੁੱਛਗਿੱਛ ਕਰਾਂਗੇ ਅਤੇ ਸਾਰੀ ਚੀਜ਼ ਨੂੰ ਕਰਾਂਗੇ। ਦੇਖੋ ਜਿਹੜਾ ਠੇਕੇ ਵਾਲਾ ਇੰਸੀਡੈਂਟ ਹੈਗਾ ਉਹਦੇ 'ਚ ਚਾਰ ਹੈਜੇ ਜਿਹੜੇ ਜਿਨ੍ਹਾਂ ਦੀ ਐਕਟਿਵ ਇਨਵੋਲਵਮੈਂਟ ਹੈਗੀ ਹੈ। ਲਾਈਕਵਾਈਜ਼ ਜਿਹੜਾ ਵੈਪਨ ਸਪਲਾਈ ਜਾਂ ਵੈਪਨ ਜਿਹੜੇ ਹੈਗੇ ਇਹ ਜਿਹੜਾ ਇਹ ਕੁਲਦੀਪ ਜੱਜ ਹੈਗਾ, ਇਹ ਇਹਨਾਂ ਨੇ ਵੈਪਨ ਉਪਨ ਅਰੇਂਜ ਕੀਤੇ ਸੀ, ਉਹ ਇਨਵੈਸਟੀਗੇਸ਼ਨ ਅਸੀਂ ਉਹਦੇ ਨਾਲ ਲਿੰਕ ਕਰਕੇ ਕਰਾਂਗੇ। ਅਤੇ ਜਿਹੜੀ ਕਪੂਰਥਲੇ ਵਾਲੀ ਵਾਰਦਾਤ ਹੈ ਉਹਦੇ 'ਚ ਐਕਟਿਵ ਅਗੇਨ ਚਾਰ ਤੋਂ ਪੰਜ ਹੈਗੇ, ਬਟ ਇਹਨਾਂ ਦੇ ਕੁਛ ਹੋਰ ਐਸੋਸੀਏਟਸ, ਕੁਛ ਹੋਰ ਲਿੰਕੇਜਸ, ਕੋਈ ਹੋਰ ਸਪੋਰਟ ਮਕੈਨਿਜ਼ਮ ਜਿੱਥੇ ਇਹਨਾਂ ਨੇ ਵਾਰਦਾਤ ਕਰਕੇ ਜਾ ਕੇ ਭੱਜ ਕੇ ਜੇ ਛੁਪੇ ਹੈਗੇ ਉਹਨਾਂ 'ਤੇ ਵੀ ਅਸੀਂ ਪ੍ਰੈਸ਼ਰ ਬਿਲਡਅਪ ਕਰ ਰਹੇ ਹਾਂ, ਵੀ ਆਰ ਵੈਰੀਫਾਈਂਗ। ਕੀ ਚੀਜ਼ ਇਹਨਾਂ ਦੀ ਐਕਟੀਵਿਟੀਜ਼ ਜਿਹੜੀਆਂ ਹੈਗੀਆਂ ਇਹ ਕਾਫ ਕੁਛ ਟਾਈਮ ਤੋਂ ਹੈ, ਕੋਈ ਬਹੁਤ ਜ਼ਿਆਦਾ ਉਮਰ ਦੇ ਵੀ ਨਹੀਂ ਹੈ। ਜੇ ਤੁਸੀਂ ਦੇਖੋਗੇ ਇੱਕ 20 ਸਾਲ ਦਾ, ਇੱਕ 21 ਸਾਲ ਦਾ ਹੈਗਾ, ਇਹ ਜੱਜ ਜਿਹੜਾ ਇਹ ਥੋੜ੍ਹਾ ਪੁਰਾਣਾ ਹੈ। ਸੋ ਇਹ ਸਾਰੀ ਚੀਜ਼ਾਂ ਨੂੰ ਹੋਰ ਵੈਰੀਫਾਈ ਕਰਾਂਗੇ। ਇਹਨਾਂ ਦੇ ਕੁਛ ਕੇਸਿਸ ਪੁਰਾਣੇ, ਹਜੇ ਕੋਈ ਡਿਟੇਲਸ ਨਹੀਂ ਹੈ, ਬਟ ਵੀ ਵਿਲ ਵਰਕ ਔਨ ਦੈਟ। ਇਹ ਹੈ ਤਾਂ ਕੰਟਰੀ ਮੇਡ ਹੀ ਹੈਗੇ, ਇੱਕ ਪਿਸਟਲ ਹੈਗਾ ਬਰਾਮਦਗੀ ਇਹਦੇ 'ਚ, ਇਸ ਤਰ੍ਹਾਂ ਹੈਗੀ ਹੈ ਕਿ ਇੱਕ ਪਿਸਟਲ 9 mm ਹੈ ਉਹਦੇ ਨਾਲ, ਤਿੰਨ ਜ਼ਿੰਦਾ ਰਾਊਂਡ ਹੈਗੇ ਹੈ, ਇੱਕ ਪਿਸਟਲ 32 ਬੋਰ ਦਾ ਹੈ ਇਹਦੇ ਨਾਲ 9 ਰਾਊਂਡਸ ਹੈਗੇ, ਅਤੇ ਇੱਕ ਦੇਸੀ ਪਿਸਤੌਲ ਹੋਰ ਹੈਗਾ ਇਹ 12 ਬੋਰ ਦਾ ਹੈ ਅਤੇ ਇਹਦੇ ਨਾਲ ਵੀ ਰਾਊਂਡ ਹੈਗੇ, ਅਤੇ ਇੱਕ ਮੋਟਰਸਾਈਕਲ ਵੀ ਜਿਹੜਾ ਇੰਸੀਡੈਂਟਸ ਵਿੱਚ ਯੂਜ਼ ਕੀਤਾ ਗਿਆ ਉਹ ਵੀ ਰਿਕਵਰ ਹੋਇਆ।